ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਡਾਕਟਰ ਹਰਮਨ ਜੀਰਾ। ਦੋਸਤੋ, ਅੱਜ ਅਸੀਂ ਗੱਲ ਕਰਾਂਗੇ ਜਿਹੜੀ ਸਾਡੇ ਪੈਰਾਂ 'ਚ ਸੋਜ ਆ ਜਾਂਦੀ ਆ, ਉਹ ਕਿਹੜੇ ਕਾਰਨਾਂ ਕਰਕੇ ਆਉਂਦੀ? ਕਿਤੇ ਸਾਡੇ ਦਿਲ ਦੀ ਬਿਮਾਰੀ ਦਾ ਤਾਂ ਨਹੀਂ ਸੰਕੇਤ ਦੇ ਰਹੀ ਸਾਨੂੰ? ਕਿਤੇ ਸਾਡੇ ਕਿਡਨੀ ਜਾਂ ਫਿਰ ਲਿਵਰ ਦੀ ਖਰਾਬੀ ਦੇ ਚੱਲਦਿਆਂ ਤਾਂ ਨਹੀਂ ਸੋਜ ਆਈ? ਸੋ ਆ ਪੂਰੀ ਵੀਡੀਓ ਨੂੰ ਬੜੇ ਧਿਆਨ ਨਾਲ ਸੁਣਿਓ ਅਤੇ ਜਾਣਕਾਰੀ ਨੂੰ ਅੱਗੇ ਵੱਧ ਤੋਂ ਵੱਧ ਲੋਕਾਂ 'ਚ ਸ਼ੇਅਰ ਕਰਿਓ। ਦੋਸਤੋ, ਕੀ ਇਹ ਸੋਜ ਤੁਹਾਨੂੰ ਅਚਾਨਕ ਆਈ ਆ ਕਿ ਲਗਾਤਾਰ ਚੱਲਦੀ ਆ ਰਹੀ ਪਹਿਲਾਂ ਤੋਂ? ਦੋਸਤੋ, ਇਹਦੇ ਨਾਲ ਤੁਹਾਨੂੰ ਕਿਤੇ ਦਰਦ ਤਾਂ ਨਹੀਂ ਹੁੰਦਾ ਜਾਂ ਬਿਨਾਂ ਦਰਦ ਤੋਂ ਆ? ਇਹ ਇੱਕ ਪੈਰ 'ਤੇ ਆ ਜਾਂ ਦੋਵੇਂ ਪੈਰਾਂ 'ਚ ਆ? ਅਤੇ ਜਿਹੜੀਆਂ ਮੇਨ ਧਿਆਨ ਦੇਣ ਵਾਲੀਆਂ ਜਿਹੜੀਆਂ ਗੱਲਾਂ ਇਹ ਸੋਜ ਦੇ ਨਾਲ ਨਾਲ, ਕੀ ਤੁਹਾਡਾ ਸਾਹ ਵੀ ਫੁੱਲ ਰਿਹਾ ਇਹ ਸੋਜ ਦੇ ਨਾਲ? ਕੀ ਤੁਹਾਡੀ ਜਿਹੜੀ ਪਿਸ਼ਾਬ ਦੀ ਮਾਤਰਾ ਉਹ ਵੀ ਘਟੀ ਆ? ਜਾਂ ਤੁਹਾਡੀਆਂ ਅੱਖਾਂ 'ਚ ਤਾਂ ਸਰੀਰ 'ਚ ਕਿਤੇ ਪੀਲਾਪਨ ਤਾਂ ਨਹੀਂ ਆ ਰਿਹਾ? ਸੋ ਇਹ ਸੰਕੇਤਾਂ ਵੱਲ ਧਿਆਨ ਦੇਣ ਦੀ ਬੜੀ ਲੋੜ ਆ। ਦੋਸਤੋ, ਜਿੱਥੋਂ ਤੱਕ ਅਸੀਂ ਪੂਰੇ ਸਰੀਰ 'ਤੇ ਸੋਜ ਦੀ ਗੱਲ ਕਰਦੇ ਹਾਂ, ਇਹਨੂੰ ਅਡੀਮਾ ਕਿਹਾ ਜਾਂਦਾ। ਜਦੋਂ ਸਾਡੇ ਸਰੀਰ 'ਚ ਪਾਣੀ ਜ਼ਿਆਦਾ ਜਮ੍ਹਾਂ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਸਾਡੇ ਸਰੀਰ 'ਚ ਸੋਜ ਆਉਣੀ ਸ਼ੁਰੂ ਹੋ ਜਾਂਦੀ ਆ। ਇਹ ਤੁਹਾਡੇ ਫੇਸ 'ਤੇ ਵੀ ਝਲਕੂਗੀ ਅਤੇ ਤੁਹਾਡੇ ਹੱਥਾਂ ਪੈਰਾਂ 'ਤੇ ਵੀ ਸੋਜ ਆਊਗੀ। ਅਤੇ ਦੋਸਤੋ, ਇਹ ਪੈਰਾਂ ਦੀ ਸੋਜ ਥੋੜ੍ਹੇ ਸਮੇਂ ਲਈ ਵੀ ਹੋ ਸਕਦੀ ਆ। ਜਿਵੇਂ ਤੁਸੀਂ ਲਗਾਤਾਰ 6 ਘੰਟੇ ਸਫ਼ਰ ਕਰਕੇ ਆਏ ਤਾਂ ਤੁਸੀਂ ਆ ਕੇ ਦੇਖਿਆ ਤੁਹਾਡੇ ਪੈਰ ਸੁੱਜੇ ਹੋਏ ਆ, ਜਾਂ ਤੁਹਾਡਾ ਕੰਮ ਸਾਰਾ ਦਿਨ ਖੜ੍ਹੇ ਰਹਿਣ ਦਾ ਹੈ, ਇਹਦੇ ਨਾਲ ਵੀ ਤੁਹਾਡੇ ਸ਼ਾਮ ਨੂੰ ਪੈਰਾਂ 'ਚ ਸਵੈਲਿੰਗ ਆ ਜਾਂਦੀ ਆ। ਇਹਨੂੰ ਟ੍ਰਾਂਜੀਐਂਟ ਸਵੈਲਿੰਗ ਕਹਿੰਦੇ ਆ। ਇਹਦੇ ਬਾਰੇ ਜ਼ਿਆਦਾ ਸੋਚਣ ਦੀ, ਜ਼ਿਆਦਾ ਧਿਆਨ ਦੇਣ ਦੀ ਲੋੜ ਨਹੀਂ ਗੀ। ਪਰ ਦੋਸਤੋ, ਜਿੱਥੋਂ ਤੱਕ ਪੈਰਾਂ ਦੀ ਸੋਜ ਦਾ ਸਵਾਲ ਆ, ਜੇ ਲਗਾਤਾਰ ਰਹਿੰਦੀ ਆ ਤਾਂ ਕਿਸੇ ਗੰਭੀਰ ਬਿਮਾਰੀ ਦਾ ਸੰਕੇਤ ਵੀ ਹੋ ਸਕਦੀ ਆ। ਇਹ ਸਾਡੇ ਦਿਲ ਦੀ ਬਿਮਾਰੀ ਦਾ ਵੀ ਸੰਕੇਤ ਹੋ ਸਕਦੀ ਆ। ਸਾਡੇ ਕਿਡਨੀ ਜਾਂ ਲਿਵਰ ਦੇ ਵਿੱਚ ਮਤਲਬ ਕੋਈ ਖਰਾਬੀ ਦੇ ਚੱਲਦਿਆਂ ਵੀ ਇਹ ਹੋ ਸਕਦੀ ਆ। ਦੋਸਤੋ, ਆਓ ਅਸੀਂ ਗੱਲ ਕਰਦੇ ਹਾਂ ਵੀ ਉਹ ਕਿਹੜੇ ਕਿਹੜੇ ਕਾਰਨ ਆ ਜਿਨ੍ਹਾਂ ਕਰਕੇ ਸਾਡੇ ਪੈਰਾਂ 'ਚ ਸੋਜ ਰਹਿਣੀ ਸ਼ੁਰੂ ਹੋ ਜਾਂਦੀ। ਦੋਸਤੋ, ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਲਿੰਫੈਟਿਕ ਸਿਸਟਮ 'ਚ ਖਰਾਬੀ ਦੀ ਵਜ੍ਹਾ ਕਰਕੇ। ਮੈਂ ਤੁਹਾਨੂੰ ਸੌਖੀ ਅਤੇ ਸਰਲ ਭਾਸ਼ਾ ਦੱਸਦਾ ਵੀ ਲਿੰਫੈਟਿਕ ਸਿਸਟਮ ਹੁੰਦਾ ਕੀ ਆ। ਦੋਸਤੋ, ਜਿਹੜੀਆਂ ਸਾਡੇ ਮਤਲਬ ਧਮਣੀਆਂ ਹੁੰਦੀਆਂ, ਇੱਕ ਤਾਂ ਹੁੰਦੀਆਂ ਧਮਣੀਆਂ ਜਿਹੜੀਆਂ ਸਾਡੇ ਦਿਲ ਤੋਂ ਖੂਨ ਸਾਰੇ ਅੰਗਾਂ ਨੂੰ ਲੈ ਕੇ ਜਾਂਦੀਆਂ ਹੈ। ਇੱਕ ਹੁੰਦੀਆਂ ਜਿਹੜੀਆਂ ਨਸਾਂ ਸਾਡੇ ਸਾਰਾ ਮਾੜਾ ਖੂਨ ਦਿਲ ਤੱਕ ਲੈ ਕੇ ਆਉਂਦੀਆਂ। ਇਹਨਾਂ ਦੇ ਨਾਲ ਨਾਲ ਇੱਕ ਹੋਰ ਨਸਾਂ ਚੱਲਦੀਆਂ ਹੈ ਜਿਨ੍ਹਾਂ ਦੇ ਵਿੱਚ ਚਿੱਟੇ ਰੰਗ ਦਾ ਤਰਲ ਪਦਾਰਥ ਹੁੰਦਾ ਜਿਹਨੂੰ ਲਿੰਫੈਟਿਕ ਫਲੂਇਡ ਕਿਹਾ ਜਾਂਦਾ। ਜਦੋਂ ਇਸ ਲਿੰਫੈਟਿਕ ਫਲੂਇਡ ਦੇ ਵਿੱਚ ਕਿਸੇ ਵਜ੍ਹਾ ਕਰਕੇ ਬਲੋਕੇਜ ਆ ਜਾਂਦੀ ਆ, ਬਲੋਕ ਹੋ ਜਾਂਦਾ ਹੈ, ਤਾਂ ਉਹਦੇ ਕਰਕੇ ਵੀ ਸਾਨੂੰ ਸੋਜ ਰਹਿਣੀ ਸ਼ੁਰੂ ਹੋ ਜਾਂਦੀ, ਸਵੈਲਿੰਗ ਆ ਜਾਂਦੀ। ਦੋਸਤੋ, ਇਹ ਬਲੋਕੇਜ ਕੈਂਸਰ ਦੀ ਵਜ੍ਹਾ ਕਰਕੇ ਵੀ ਹੋ ਸਕਦੀ ਆ, ਜਾਂ ਕੈਂਸਰ ਦਾ ਕਿਸੇ ਦਾ ਟ੍ਰੀਟਮੈਂਟ ਚੱਲਦਾ ਹੋਵੇ ਇਹਦੀ ਵਜ੍ਹਾ ਕਰਕੇ ਵੀ ਹੋ ਸਕਦੀ ਆ, ਜਾਂ ਕਈਆਂ ਦੀਆਂ ਆਹ ਲਿੰਫੈਟਿਕ ਸਿਸਟਮ ਡੈਮੇਜ ਹੋ ਜਾਂਦਾ ਜਾਂ ਲਿੰਫ ਨੋਡ ਡੈਮੇਜ ਹੋ ਜਾਂਦੀਆਂ ਇਹਦੀ ਵਜ੍ਹਾ ਕਰਕੇ ਵੀ ਉਹਨਾਂ ਦੇ ਲਿੰਫੈਟਿਕ ਵਿੱਚ ਬਲੋਕੇਜ ਆ ਜਾਂਦੀ ਆ, ਜਿਹਦੇ ਕਰਕੇ ਉਹਨਾਂ ਨੂੰ ਸੋਜ ਰਹਿਣੀ ਸ਼ੁਰੂ ਹੋ ਜਾਂਦੀ ਉਹਨਾਂ ਦੇ ਪੈਰਾਂ 'ਚ। ਅਤੇ ਦੋਸਤੋ, ਜਿਹੜੀ ਲਿੰਫੈਟਿਕ ਸਿਸਟਮ ਦੀ ਖਰਾਬੀ ਕਰਕੇ ਸੋਜ ਆਉਂਦੀ ਆ, ਇਹਦੇ ਵਿੱਚ ਦਰਦ ਨਹੀਂ ਹੁੰਦੀ, ਇਹ ਪੇਨਲੈਸ ਸਵੈਲਿੰਗ ਹੁੰਦੀ ਇਹਦੇ 'ਚ, ਮਤਲਬ ਜਿਹੜੀ ਸੋਜ ਆ ਉਹ ਬਿਨਾਂ ਦਰਦ ਤੋਂ ਹੁੰਦੀ ਆ। ਅਤੇ ਦੋਸਤੋ, ਜਿਹੜੀ ਸਾਡੇ ਪੈਰਾਂ 'ਚ ਸੋਜ ਆਉਂਦੀ ਆ, ਇਹ ਸਾਡੀਆਂ ਵੇਨਸ ਜਿਹੜੀਆਂ ਏ, ਜਿਹੜੀਆਂ ਨਸਾਂ ਸਾਡੇ ਮਾੜਾ ਖੂਨ ਦਿਲ ਤੱਕ ਲੈ ਕੇ ਆਉਂਦੀਆਂ, ਉਹਨਾਂ ਦੀ ਖਰਾਬੀ ਦੀ ਵਜ੍ਹਾ ਕਰਕੇ ਵੀ ਹੋ ਸਕਦੀ, ਜਿਹਨੂੰ ਅਸੀਂ ਵੇਰੀਕੋਜ ਵੇਨਸ ਕਹਿੰਦੇ ਹਾਂ। ਆਓ ਅਸੀਂ ਸੌਖੀ ਭਾਸ਼ਾ 'ਚ ਗੱਲ ਕਰਦੇ ਹਾਂ ਵੀ ਹੁੰਦਾ ਕੀ ਆ। ਦੋਸਤੋ, ਜਿਨ੍ਹਾਂ ਦਾ ਕੰਮ ਜ਼ਿਆਦਾ ਖੜ੍ਹੇ ਰਹਿਣ ਦਾ ਏ, ਜਾਂ ਜਿਹੜੇ ਲਗਾਤਾਰ ਤੁਰੇ ਫਿਰਦੇ ਰਹਿੰਦੇ ਸਾਰਾ ਦਿਨ, ਉਹਨਾਂ ਦੀਆਂ ਜਿਹੜੀਆਂ ਇਹ ਵੇਨਸ ਹੁੰਦੀਆਂ, ਇਹ ਨਸਾਂ ਹੁੰਦੀਆਂ ਜਿਹੜੀਆਂ ਖੂਨ ਉੱਪਰ ਲੈ ਕੇ ਆਉਂਦੀਆਂ, ਇਹਨਾਂ ਦੇ ਜਿਹੜੇ ਵਾਲਵ ਹੁੰਦੇ ਆ ਵਿੱਚ, ਵਾਲਵ ਇਸ ਕਰਕੇ ਹੁੰਦੇ ਵੀ ਜਿਹੜਾ ਖੂਨ ਉੱਪਰ ਜਾ ਰਿਹਾ ਉਹ ਥੱਲੇ ਨੂੰ ਨਾ ਆਵੇ। ਪਰ ਜਦੋਂ ਇਹ ਵਾਲਵ ਖਰਾਬ ਹੋ ਜਾਂਦੇ ਕਿਸੇ ਵਜ੍ਹਾ ਦੇ ਕਾਰਨ, ਸਾਰਾ ਦਿਨ ਚੱਲਣ ਫਿਰਨ ਕਾਰਨ ਜਾਂ ਖੜ੍ਹੇ ਰਹਿਣ ਕਾਰਨ, ਤਾਂ ਜਿਹੜਾ ਉਹਨਾਂ ਦਾ ਖੂਨ ਆ ਜਿਹੜਾ ਉੱਪਰ ਨੂੰ ਜਾਂਦਾ ਸੀ ਉਹ ਸਾਰਾ ਥੱਲੇ ਨੂੰ ਆਉਣਾ ਸ਼ੁਰੂ ਹੋ ਜਾਂਦਾ ਪੈਰਾਂ ਵੱਲ ਨੂੰ, ਜਿਨ੍ਹਾਂ ਕਰਕੇ ਉਹਨਾਂ ਦੇ ਪੈਰਾਂ 'ਚ ਸੋਜ ਰਹਿਣੀ ਸ਼ੁਰੂ ਹੋ ਜਾਂਦੀ ਆ। ਸੋ ਆਹ ਵੇਰੀਕੋਜ ਵੇਨ ਨਾਂ ਦੀ ਬਿਮਾਰੀ ਵੀ ਇੱਕ ਕਾਰਨ ਬਣਦੀ ਆ ਸਾਡੇ ਪੈਰਾਂ 'ਚ ਸੋਜ ਰਹਿਣ ਦਾ। ਅਤੇ ਦੋਸਤੋ, ਪੈਰਾਂ ਦੀ ਸੋਜ ਸਾਡੀਆਂ ਕਿਡਨੀਆਂ ਵਿੱਚ ਸਾਡੇ ਗੁਰਦਿਆਂ ਦੀ ਖਰਾਬੀ ਕਾਰਨ ਵੀ ਹੋ ਜਾਂਦੀ।
ਕਿਉਂਕਿ ਜਦੋਂ ਸਾਡੀਆਂ ਕਿਡਨੀਆਂ ਖਰਾਬ ਹੋ ਜਾਂਦੀਆਂ ਹੈ, ਇਹ ਸਾਡੇ ਸਰੀਰ 'ਚੋਂ ਜਿਹੜਾ ਵਾਧੂ ਫਲੂਡ ਆ, ਪਾਣੀ ਆ, ਇਹਨੂੰ ਬਾਹਰ ਨਹੀਂ ਕੱਢ ਪਾਉਂਦੀਆਂ ਸਹੀ ਮਾਤਰਾ ਦੇ ਵਿੱਚ, ਤਾਂ ਇਹ ਜਿਹੜਾ ਪਾਣੀ ਹੈ ਇਹ ਸਾਰਾ ਸਰੀਰ ਦੇ ਅੰਦਰ ਹੀ ਜਮ੍ਹਾਂ ਹੋਣਾ ਸ਼ੁਰੂ ਹੋ ਜਾਂਦਾ, ਜਿਹਦੇ ਕਰਕੇ ਸਾਡੇ ਪੈਰਾਂ 'ਚ ਸੋਜ ਆਉਣੀ ਸ਼ੁਰੂ ਹੋ ਜਾਂਦੀ ਆ। ਦੋਸਤੋ, ਐਵੇਂ ਹੀ ਇਹ ਦਿਲ ਦੀ ਬਿਮਾਰੀ ਦਾ ਵੀ ਮਤਲਬ ਸੰਕੇਤ ਹੋ ਸਕਦੀ ਹੈ ਸੋਜ, ਕਿਉਂਕਿ ਜਦੋਂ ਸਾਡੇ ਦਿਲ 'ਚ ਕਿਸੇ ਵਜ੍ਹਾ ਕਰਕੇ ਖਰਾਬੀ ਆਉਂਦੀ ਆ, ਤਾਂ ਇਹ ਸਹੀ ਤਰੀਕੇ ਨਾਲ ਸਾਡੇ ਖੂਨ ਨੂੰ ਪੰਪ ਨਹੀਂ ਕਰ ਪਾਉਂਦਾ, ਜਿਹਦੇ ਕਰਕੇ ਇੱਕ ਬੈਕ ਪ੍ਰੈਸ਼ਰ ਬਣ ਜਾਂਦਾ ਹੈ। ਇਹਦਾ ਮਤਲਬ ਜਿਹੜਾ ਬੈਕ ਪ੍ਰੈਸ਼ਰ ਬਣਦਾ, ਪਿੱਛੇ ਪ੍ਰੈਸ਼ਰ ਇਕੱਠਾ ਹੋ ਜਾਂਦਾ, ਕਿਉਂਕਿ ਖੂਨ ਨੂੰ ਸਹੀ ਤਰੀਕੇ ਨਾਲ ਦਿਲ ਪੰਪ ਹੀ ਨਹੀਂ ਕਰ ਰਿਹਾ, ਤਾਂ ਉਹ ਸਾਡਾ ਸਰੀਰ 'ਚ ਸਾਰਾ ਪਾਣੀ ਜਮ੍ਹਾਂ ਹੋਣਾ ਸ਼ੁਰੂ ਹੋ ਜਾਂਦਾ। ਸੋ ਦਿਲ ਦੀ ਖਰਾਬੀ ਦੀ ਵਜ੍ਹਾ ਕਰਕੇ ਵੀ ਸਾਡੇ ਪੈਰਾਂ 'ਚ ਸੋਜ ਰਹਿਣੀ ਸ਼ੁਰੂ ਹੋ ਜਾਂਦੀ ਆ। ਦੋਸਤੋ, ਲਿਵਰ ਦੀਆਂ ਵੀ ਬਿਮਾਰੀਆਂ ਜਿਹੜੀਆਂ, ਉਹ ਵੀ ਸਾਡੇ ਪੈਰਾਂ 'ਚ ਸੋਜ ਲੈ ਕੇ ਆਉਂਦੀਆਂ। ਜਦੋਂ ਸਾਡੇ ਲਿਵਰ ਦਾ ਸਰੋਸਿਸ ਹੋ ਜਾਂਦਾ ਕਈਆਂ ਬਿਮਾਰੀਆਂ ਦੀ ਵਜ੍ਹਾ ਕਾਰਨ, ਜਾਂ ਜਿਵੇਂ ਤੁਹਾਡਾ ਲਿਵਰ ਫੇਲੀਅਰ ਹੋ ਗਿਆ ਹੋਵੇ, ਜਾਂ ਜਿਹੜੇ ਲੋਕਾਂ ਨੂੰ ਅਕਾਲਾ ਪੀਲੀਆ ਹੈਪੇਟਾਈਟਿਸ ਸੀ ਕਰਕੇ, ਹੈਪੇਟਾਈਟਿਸ ਬੀ ਕਰਕੇ ਜਿਨ੍ਹਾਂ ਦਾ ਲਿਵਰ ਫੇਲ ਹੋ ਜਾਂਦਾ ਹੈ, ਉਹਨਾਂ ਨੂੰ ਵੀ ਅਖੀਰ 'ਤੇ ਲਿਵਰ ਸਰੋਸਿਸ ਹੋ ਜਾਂਦਾ। ਜਦੋਂ ਲਿਵਰ ਸਰੋਸਿਸ ਹੋ ਜਾਂਦਾ ਤਾਂ ਉਹਨਾਂ ਨੂੰ ਵੀ ਪੈਰਾਂ 'ਚ ਸੋਜ ਰਹਿਣੀ ਸ਼ੁਰੂ ਹੋ ਜਾਂਦੀ ਆ, ਕਿਉਂਕਿ ਉਹਨਾਂ ਦੇ ਜਿਹੜਾ ਪਾਣੀ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਸਰੀਰ 'ਚ। ਅਤੇ ਦੋਸਤੋ, ਪੈਰਾਂ ਦੀ ਸੋਜ ਸਾਡੇ ਥਾਇਰਾਇਡ ਗਲੈਂਡ ਦੀ, ਜਿਹੜੀ ਸਾਡੇ ਆ ਗਲੇ ਦੇ ਇੱਥੇ ਹੁੰਦੀ ਆ, ਇਹਦੇ 'ਚ ਗੜਬੜੀ ਕਾਰਨ ਵੀ ਹੋ ਸਕਦੀ ਆ, ਕਿਉਂਕਿ ਜਦੋਂ ਸਾਨੂੰ ਹਾਈਪੋਥਾਇਰਾਇਡਿਜ਼ਮ ਹੁੰਦਾ ਹੈ, ਸਾਡਾ ਜਿਹੜਾ ਥਾਇਰਾਇਡ ਹਾਰਮੋਨ ਆ ਇਹ ਕਿਸੇ ਕਾਰਨ ਕਰਕੇ ਘੱਟ ਬਣਨਾ ਸ਼ੁਰੂ ਹੋ ਜਾਂਦਾ ਹੈ, ਜਿਹਨੂੰ ਅਸੀਂ ਹਾਈਪੋਥਾਇਰਾਇਡਿਜ਼ਮ ਕਹਿੰਦੇ ਹਾਂ, ਇਹ ਵੀ ਕਾਰਨ ਬਣਦਾ ਸਾਡੇ ਸਰੀਰ 'ਚ ਪਾਣੀ ਜਮ੍ਹਾਂ ਹੋਣ ਦਾ, ਕਿਉਂਕਿ ਜਦੋਂ ਇਹ ਥਾਇਰਾਇਡ ਗਲੈਂਡ ਘੱਟ ਕੰਮ ਕਰਨਾ ਸ਼ੁਰੂ ਕਰ ਦਿੰਦੀ ਆ, ਹਾਰਮੋਨ ਘੱਟ ਬਣਦਾ ਹੈ, ਤਾਂ ਸਾਨੂੰ ਮਤਲਬ ਸਾਡਾ ਵੇਟ ਵੱਧ ਜਾਂਦਾ, ਸਾਡੇ ਸੋਜਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ, ਸਰੀਰ 'ਚ ਪਾਣੀ ਵੱਧ ਜਮ੍ਹਾਂ ਹੋਣਾ ਸ਼ੁਰੂ ਹੋ ਜਾਂਦਾ। ਇਹਦੇ ਨਾਲ ਨਾਲ ਸਾਡੀ ਆਵਾਜ਼ 'ਚ ਵੀ ਗੜਬੜੀ ਆ ਜਾਂਦੀ ਆ, ਅਤੇ ਨਾਲ ਨਾਲ ਸਾਨੂੰ ਠੰਡ ਲੱਗਣੀ ਵੀ ਜ਼ਿਆਦਾ ਸ਼ੁਰੂ ਹੋ ਜਾਂਦੀ ਆ। ਸੋ ਤੁਹਾਨੂੰ ਜੇ ਸੋਜ ਦੇ ਨਾਲ ਨਾਲ ਇਹ ਲੱਛਣ ਆ ਰਹੇ ਆ, ਤੁਹਾਨੂੰ ਮੋਟਾਪਾ ਵੀ ਆ ਰਿਹਾ, ਤਾਂ ਤੁਹਾਨੂੰ ਆਪਣਾ ਜਿਹੜਾ ਥਾਇਰਾਇਡ ਗਲੈਂਡ ਦਾ ਟੈਸਟ ਕਰਾ ਲੈਣਾ ਚਾਹੀਦਾ। ਅਤੇ ਦੋਸਤੋ, ਪੈਰਾਂ ਦੀ ਸੋਜ ਸਾਡੇ ਕਿਸੇ ਸੱਟ ਦੀ ਵਜ੍ਹਾ ਕਰਕੇ ਵੀ ਹੋ ਸਕਦੀ ਆ। ਜਦੋਂ ਸਾਡੀ ਲੱਤ ਦੀ ਹੱਡੀ ਕੋਈ ਫ੍ਰੈਕਚਰ ਹੋ ਜਾਂਦੀ ਆ, ਤਾਂ ਸਾਡੇ ਇਨਫਲਾਮੇਟਰੀ ਫਲੂਡ ਆ ਜਿਹੜਾ ਉਹ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ, ਤਾਂ ਇਹ ਜਮ੍ਹਾਂ ਹੋਣ ਦੇ ਨਾਲ ਇਨਫਲਾਮੇਟਰੀ ਫਲੂਡ ਦੇ ਨਾਲ ਵੀ ਤੁਹਾਡੇ ਪੈਰਾਂ 'ਚ ਸੋਜ ਰਹਿਣੀ ਸ਼ੁਰੂ ਹੋ ਜਾਂਦੀ। ਦੋਸਤੋ, ਸੋਜ ਰਹਿਣ ਦਾ ਹੋਰ ਕਾਰਨ ਆ ਯੂਰਿਕ ਐਸਿਡ ਵਧਣਾ ਵੀ ਇਹਦਾ ਕਾਰਨ ਬਣ ਸਕਦਾ। ਜੇ ਤੁਹਾਨੂੰ ਗਠੀਆ ਹੋ ਰਿਹਾ ਹੈ, ਗਠੀਏ ਦੀ ਬਿਮਾਰੀ ਚੱਲ ਰਹੀ ਆ, ਤਾਂ ਇਹਦੇ ਕਰਕੇ ਵੀ ਪੈਰਾਂ 'ਚ ਸੋਜ ਰਹਿਣੀ ਸ਼ੁਰੂ ਹੋ ਜਾਂਦੀ ਆ। ਅਤੇ ਦੋਸਤੋ, ਜਿਹੜੇ ਲੋਕ ਜ਼ਿਆਦਾ ਪ੍ਰੋਟੀਨ ਵਾਲਾ ਭੋਜਨ ਖਾਂਦੇ ਆ, ਮਾਸ, ਮੱਛੀ, ਆਂਡਾ, ਮਤਲਬ ਮੀਟ ਆਂਡਾ ਜਿਹੜੇ ਜ਼ਿਆਦਾ ਖਾਂਦੇ, ਰੋਜ਼ਾਨਾ ਖਾਂਦੇ ਆ, ਜਿਨ੍ਹਾਂ ਦੀ ਡਾਈਟ ਜ਼ਿਆਦਾ ਪ੍ਰੋਟੀਨ ਵਾਲੀ ਆ, ਉਹਨਾਂ ਨੂੰ ਵੀ ਪੈਰਾਂ 'ਚ ਸੋਜ ਰਹਿਣੀ ਸ਼ੁਰੂ ਹੋ ਜਾਂਦੀ ਆ। ਦੋਸਤੋ, ਆਓ ਅਸੀਂ ਹੁਣ ਗੱਲ ਕਰਦੇ ਹਾਂ ਵੀ ਇਹ ਸੋਜ ਨੂੰ ਘੱਟ ਕਿਵੇਂ ਕੀਤਾ ਜਾ ਸਕਦਾ, ਇਹਦੇ ਕੁਝ ਤਰੀਕੇ ਕੀ ਆ ਜਿਨ੍ਹਾਂ ਨਾਲ ਅਸੀਂ ਸੋਜ ਨੂੰ ਘਟਾ ਸਕਦੇ ਹਾਂ। ਦੋਸਤੋ, ਜੇ ਤਾਂ ਇਹ ਤੁਹਾਡੇ ਇੱਕ ਪੈਰ 'ਚ ਕਿਸੇ ਚੋਟ ਦੀ ਵਜ੍ਹਾ ਕਰਕੇ ਆ, ਤਾਂ ਤੁਸੀਂ ਆਪਣੇ ਪੈਰ ਨੂੰ ਰੈਸਟ ਦਿਓ, ਇਹਨੂੰ ਜੇ ਤੁਹਾਡੇ ਸੋਜ ਆ ਤਾਂ ਇਹਨੂੰ ਉੱਪਰ ਕਰਕੇ ਰੱਖੋ, ਐਲੀਵੇਟ ਕਰਕੇ ਰੱਖੋ, ਇਹਦੇ ਨਾਲ ਨਾਲ ਬਰਫ਼ ਦੀ ਟਕੋਰ ਕਰੋ, ਇਹਦੇ ਨਾਲ ਵੀ ਤੁਹਾਨੂੰ ਬੜੀ ਰਾਹਤ ਮਿਲਦੀ ਆ। ਅਤੇ ਦੋਸਤੋ, ਜੇ ਸੋਜ ਤੁਹਾਨੂੰ ਸਫ਼ਰ ਦੇ ਕਾਰਨ ਆਈ ਆ, ਤੁਸੀਂ 6 ਘੰਟੇ 5-6 ਘੰਟੇ ਟਰੈਵਲ ਕੀਤਾ ਤਾਂ ਆਈ ਆ, ਤਾਂ ਤੁਹਾਨੂੰ ਸ਼ਾਮ ਨੂੰ ਆ ਕੇ ਇੱਕ ਹਲਕੀ ਜਿਹੀ ਸੈਰ ਕਰਨੀ ਚਾਹੀਦੀ ਆ, ਵਾਕ ਕਰਨੀ ਚਾਹੀਦੀ ਆ। ਇਹਦੇ ਨਾਲ ਕੀ ਹੁੰਦਾ, ਤੁਹਾਡੀਆਂ ਜਿਹੜੀਆਂ ਮਾਸਪੇਸ਼ੀਆਂ ਲੱਤਾਂ ਦੀਆਂ ਇਹ ਹਰਕਤ ਵਿੱਚ ਆਉਂਦੀਆਂ ਹੈ, ਤਾਂ ਤੁਹਾਡੇ ਜਿਹੜਾ ਮਤਲਬ ਫਲੂਡ ਜ਼ਿਆਦਾ ਇਕੱਠਾ ਹੋ ਰੱਖਿਆ ਹੈ ਲੱਤਾਂ 'ਚ, ਉਹ ਉੱਪਰ ਨੂੰ ਜਾਣਾ ਸ਼ੁਰੂ ਹੋ ਜਾਂਦਾ, ਤੁਹਾਡੇ ਬਲੱਡ ਸਰਕੂਲੇਸ਼ਨ ਠੀਕ ਹੋਣੀ ਸ਼ੁਰੂ ਹੋ ਜਾਂਦੀ ਆ, ਤਾਂ ਤੁਹਾਡੇ ਆਟੋਮੈਟੀਕਲ ਜਿਹੜੀ ਸੋਜ ਆ ਪੈਰਾਂ ਦੀ ਉਹ ਘੱਟ ਹੋ ਜਾਊਗੀ। ਸੋਜ ਆਉਣ ਦਾ ਕਾਰਨ ਕੁਝ ਕੁ ਦਵਾਈਆਂ ਵੀ ਹੁੰਦੀਆਂ ਜਿਹੜੀਆਂ ਅਸੀਂ ਲੰਮਾ ਸਮਾਂ ਖਾ ਰਹੇ ਹਾਂ, ਜਿਵੇਂ ਅਸੀਂ BP ਤੋਂ ਅਮਲੋਡੀਪੀਨ ਖਾਂਦੇ ਹਾਂ, ਜਾਂ ਜਿਨ੍ਹਾਂ ਦੀਆਂ ਸ਼ੂਗਰ ਤੋਂ ਦਵਾਈਆਂ ਚੱਲਦੀਆਂ, ਇਹ ਵੀ ਕਾਰਨ ਬਣਦਾ ਸਾਡੇ ਪੈਰਾਂ 'ਚ ਸੋਜ ਰਹਿਣ ਦਾ।
ਸੋ ਜੇ ਤੁਹਾਨੂੰ ਤੁਸੀਂ ਇਹ ਦਵਾਈਆਂ ਖਾ ਰਹੇ ਆ, ਤੁਹਾਨੂੰ ਲਗਾਤਾਰ ਸੋਜ ਰਹਿ ਰਹੀ ਆ, ਤਾਂ ਤੁਹਾਨੂੰ ਆਪਦੇ ਡਾਕਟਰ ਦੀ ਸਲਾਹ ਕਰ ਲੈਣੀ ਚਾਹੀਦੀ ਆ। ਕਿਤੇ ਤੁਹਾਨੂੰ ਇਹ ਦਵਾਈ ਦੀ ਡੋਜ਼ ਘੱਟ ਕਰਨ ਦੀ ਜਾਂ ਇਹ ਗੋਲੀ ਬੰਦ ਕਰਨ ਦੀ ਤਾਂ ਨਹੀਂ ਲੋੜ। ਸੋ ਤੁਹਾਨੂੰ ਜੇ ਲਗਾਤਾਰ ਸੋਜ ਦੀ ਸ਼ਿਕਾਇਤ ਰਹਿੰਦੀ ਹੈ ਇਹ ਦਵਾਈਆਂ ਖਾਣ ਦੇ ਨਾਲ ਨਾਲ, ਤੁਹਾਨੂੰ ਆਪਦੇ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਆ। ਅਤੇ ਦੋਸਤੋ, ਜਿਨ੍ਹਾਂ ਲੋਕਾਂ ਨੂੰ ਲਗਾਤਾਰ ਸੋਜ ਰਹਿੰਦੀ, ਉਹਨਾਂ ਨੂੰ ਆਪਦੇ ਭੋਜਨ 'ਚ ਵੀ ਕੁਝ ਪਰਿਵਰਤਨ ਲਿਆਉਣ ਦੀ ਲੋੜ ਆ। ਤੁਹਾਨੂੰ ਨਮਕ ਘਟਾਉਣ ਦੀ ਲੋੜ ਆ, ਕਿਉਂਕਿ ਜਿਹੜਾ ਨਮਕ ਆ ਇਹਦੇ ਵਿੱਚ ਸੋਡੀਅਮ ਹੁੰਦਾ, ਇਹ ਵਾਟਰ ਦੀ ਰਿਟੈਂਸ਼ਨ ਕਰਦਾ, ਸਾਡੇ ਸਰੀਰ 'ਚ ਪਾਣੀ ਨੂੰ ਜਮ੍ਹਾਂ ਕਰਦਾ, ਜਿਹਦੇ ਚੱਲਦਿਆਂ ਸਾਨੂੰ ਪੈਰਾਂ 'ਚ ਸੋਜ ਰਹਿਣੀ ਸ਼ੁਰੂ ਹੋ ਜਾਂਦੀ ਆ। ਦੋਸਤੋ, ਇਹਦੇ ਨਾਲ ਨਾਲ ਤੁਹਾਨੂੰ ਜੋ ਤੁਸੀਂ ਪਾਣੀ ਪੀਂਦੇ ਉਹਦੇ ਵਾਲੀ ਧਿਆਨ ਦੇਣ ਦੀ ਬੜੀ ਲੋੜ ਹੈ, ਇਹਨੂੰ ਘੱਟ ਕਰਨ ਦੀ ਲੋੜ ਆ ਜੇ ਤੁਹਾਨੂੰ ਲਗਾਤਾਰ ਸੋਜ ਰਹਿੰਦੀ ਆ। ਕਿਉਂਕਿ ਤੁਹਾਨੂੰ ਦੇਖਣਾ ਪੈਣਾ ਵੀ 24 ਘੰਟੇ 'ਚ ਤੁਹਾਡੀ ਪਿਸ਼ਾਬ ਦੀ ਮਾਤਰਾ ਕਿੰਨੀ ਆ। ਜੇ ਤੁਸੀਂ 1 ਲੀਟਰ ਤੁਹਾਨੂੰ ਪਿਸ਼ਾਬ ਆ ਰਿਹਾ ਹੈ ਤਾਂ ਤੁਸੀਂ ਪਾਣੀ 3 ਲੀਟਰ ਪੀ ਰਹੇ ਆ, ਤਾਂ ਇਹ ਵੀ ਕਾਰਨ ਬਣਦਾ ਤੁਹਾਡੇ ਸੋਜ ਰਹਿਣ ਦਾ। ਕਿਉਂਕਿ ਜਿਹੜਾ ਵੱਧ ਤੁਸੀਂ ਪਾਣੀ ਪੀਂਦੇ ਆ ਉਹ ਤੁਹਾਡੇ ਸਰੀਰ 'ਚ ਫਲੂਡ ਮਤਲਬ ਜਮ੍ਹਾਂ ਹੀ ਹੋ ਰਿਹਾ ਹੈ। ਸੋ ਪਾਣੀ ਦੀ ਜੇ ਤੁਸੀਂ 1 ਲੀਟਰ ਤੁਹਾਨੂੰ ਫਲੂ ਪਿਸ਼ਾਬ ਆ ਰਿਹਾ ਹੈ ਤਾਂ 1 ਲੀਟਰ ਦੇ ਨੇੜੇ ਤੇੜੀ ਤੁਹਾਨੂੰ 24 ਘੰਟੇ 'ਚ ਪਾਣੀ ਪੀਣਾ ਚਾਹੀਦਾ। ਅਤੇ ਦੋਸਤੋ, ਜੇ ਸੋਜ ਦੇ ਨਾਲ ਨਾਲ ਤੁਹਾਨੂੰ ਬਾਕੀ ਲੱਛਣ ਵੀ ਆ ਰਹੇ, ਤੁਹਾਡਾ ਸਾਹ ਵੀ ਫੁੱਲ ਰਿਹਾ ਹੈ, ਤੁਹਾਨੂੰ ਪਾਣੀ ਦੀ ਜਿਹੜੀ ਪਿਸ਼ਾਬ ਦੀ ਮਾਤਰਾ ਉਹ ਵੀ ਘੱਟ ਮਤਲਬ ਪਿਸ਼ਾਬ ਵੀ ਘੱਟ ਆ ਰਿਹਾ ਹੈ, ਤੁਹਾਡੀਆਂ ਅੱਖਾਂ 'ਚ ਜਾਂ ਫਿਰ ਸਰੀਰ 'ਚ ਪੀਲਾਪਣ ਵੀ ਦਿਖਾਈ ਦੇ ਰਿਹਾ, ਤਾਂ ਤੁਹਾਨੂੰ ਆਪਦੇ ਡਾਕਟਰ ਨਾਲ ਸਲਾਹ ਕਰ ਲੈਣੀ ਚਾਹੀਦੀ ਹੈ। ਕਿਉਂਕਿ ਇਹ ਤੁਹਾਡੇ ਦਿਲ ਦੀ ਕਿਸੇ ਖਰਾਬੀ ਦੀ ਵਜ੍ਹਾ ਕਰਕੇ ਹੋ ਸਕਦਾ, ਕਿਡਨੀ ਜਾਂ ਲਿਵਰ ਦੀ ਵੀ ਖਰਾਬੀ ਦੀ ਵਜ੍ਹਾ ਕਰਕੇ ਹੋ ਸਕਦਾ। ਸੋ ਜੇ ਤੁਹਾਨੂੰ ਲੱਗਦਾ ਵੀ ਇਹ ਵੀਡੀਓ ਮਤਲਬ ਉਹਨਾਂ ਲੋਕਾਂ ਲਈ ਫਾਇਦੇਮੰਦ ਆ ਜਿਨ੍ਹਾਂ ਨੂੰ ਪੈਰਾਂ ਦੀ ਸੋਜ ਰਹਿੰਦੀ ਆ, ਤਾਂ ਇਹ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ 'ਚ ਪਹੁੰਚਾਉਣ ਲਈ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਅਤੇ ਆਪਣਾ ਪੇਜ ਵੀ ਫੋਲੋ ਕਰ ਲਓ, ਤਾਂ ਜੋ ਅਗਲੀਆਂ ਵੀਡੀਓ ਵੀ ਮੈਂ ਜਿਹੜੀਆਂ ਬਣਾਉਣਾ ਕਿਸੇ ਬਿਮਾਰੀ ਨੂੰ ਲੈ ਕੇ ਉਹ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣ। ਸੋ ਆਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਇਜਾਜ਼ਤ ਦਿਓ, ਧੰਨਵਾਦ।